ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ 6 ਪਿਕ ਮਿਸ਼ਨ ਲੇਟੈਸਟ ਨਿਊਜ਼ ਨਾਲ ਆਪ ਸਭ ਦੇ ਰੂਬਰੂ ਹੋ ਰਹੇ ਹਾਂ ਸੋ ਮੁਲਾਜ਼ਮਾਂ ਤੇ ਪੈਨਸ਼ਨਸ ਦੇ ਨਾਲ ਜੁੜੀ ਹੋਈ ਅਹਿਮ ਖਬਰ ਜਿਨ੍ਹਾਂ ਦੇ ਵਿੱਚ ਮੈਡੀਕਲ ਪੱਤਾ एचआरई मोबाइल अलाउंसेंस ਤੇ ਪਿੰਡੂ ਪੱਤਿਆਂ ਦੀ ਜਿਹੜੀ ਅਦਾਇਗੀ ਆ ਕਦੋਂ ਹੋਵੇਗੀ ਤੇ ਉਸ ਦੀ ਅ ਸੰਬੰਧੀ ਜਿਹੜੀ ਕੈਲਕੂਲੇਸ਼ਨ ਹੈਗੀ ਹੈ ਕੈਲਕੂਲੇਸ਼ਨ ਉਹ ਤੁਹਾਨੂੰ ਡਿਸਕਸ ਕਰਾਂਗੇ ਸੋ ਇਸ ਤੋਂ ਪਹਿਲਾਂ ਅਸੀਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਕਰਦੇ ਆ ਜਿਨ੍ਹਾਂ ਨੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਰੈੱਡ ਬਟਨ ਕਲਿੱਕ ਕਰਕੇ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰ ਲਓ ਤਾਂ ਤਾਂ ਜੋ ਸਾਰੀਆਂ ਖਬਰਾਂ ਤੁਹਾਨੂੰ ਟਾਈਮ ਦੇ ਨਾਲ ਪ੍ਰਾਪਤ ਹੋ ਸਕਣ ਸੋ ਰੋਜ਼ਾਨਾ ਦੀ ਤਰ੍ਹਾਂ ਜਿਹੜੀਆਂ ਸੜੀਆਂ ਨਿਊਜ਼ ਹੁੰਦੀਆਂ ਨੇ ਉਹ ਮਲਾਜ਼ਮਾਂ ਦੇ ਨਾਲ ਤੇ ਪੈਨਸ਼ਨਸ ਦੇ ਨਾਲ ਹੀ ਸਬੰਧ ਰੱਖਦੀਆਂ ਚਾਹੇ ਉਹ ਕਿਸੇ ਵੀ ਵਿਭਾਗ ਦੇ ਨਾਲ ਸਬੰਧ ਰੱਖਦੀ ਹੋਣ ਸੋ ਅੱਜ ਦੀ ਨਿਊਜ਼ ਦੇ ਵਿੱਚ ਆਪਾਂ ਮੁਲਾਜ਼ਮਾਂ ਦੇ ਪੈਨਸ਼ਨਸ ਦੇ ਜਿਹੜੇ ਪੱਤਿਆਂ ਬਾਰੇ ਗੱਲ ਕਰਾਂਗੇ ਅ ਸੋ ਇਸ ਵੀਡੀਓ ਦੇ ਵਿੱਚ ਆਪਾਂ ਏਰੀਅਰ ਦੀ ਗੱਲ ਕਰਾਂਗੇ ਕਿਉਂਕਿ ਜਦੋਂ ਕੋਈ ਵੀ ਬੇ ਕਮਿਸ਼ਨ ਲਾਗੂ ਹੁੰਦਾ ਹੈ ਅਪਲਾਈ ਹੋ ਜਾਂਦਾ ਤਾਂ ਉਹ ਤੋਂ ਬਾਅਦ ਜਿਹੜੀਆਂ ਤਨਖਾਹਾਂ ਨੇ ਉਹ ਚਾਹੇ ਪੈਨਸ਼ਨਸ ਨੇ ਉਹਨਾਂ ਦੀਆਂ ਪੈਨਸ਼ਨਾਂ ਨੇ ਉਹ ਇਨਕਰੀਜ਼ ਹੋ ਜਾਂਦੀਆਂ ਤਾਂ ਉਹਦੀ ਜਿਹੜੀ ਕੈਲਕੂਲੇਸ਼ਨ ਹੈਗੀ ਆ ਉਹਨੂੰ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤੇ ਕਿਹੜੇ-ਕਿਹੜੇ ਜਿਹੜੇ ਹੈਗੇ ਨੇ ਪੱਤੇ ਨੇ ਜਿਹੜੇ ਮੁਲਾਜ਼ਮਾਂ ਨੂੰ ਤੇ ਪੈਨਸ਼ਨਸ ਨੂੰ ਮਿਲਣਗੇ ਤੇ ਕਦੋਂ ਮਿਲਣਗੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸੋ ਜੁੜੇ ਰਹੋ ਸਾਡੇ ਚੈਨਲ ਨਾਲ ਤੇ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਖਬਰ ਸੋ ਸਭ ਤੋਂ ਪਹਿਲਾਂ ਜੇ ਆਪਾਂ ਪੱਤਿਆਂ ਦੀ ਗੱਲ ਦੇ ਵਿੱਚ ਆਪਾਂ ਮੈਡੀਕਲ ਪੱਤੇ ਦੀ ਗੱਲ ਕਰੀਏ ਤਾਂ ਜਿਹੜਾ ਆਪਣਾ ਪੇ ਕਮਿਸ਼ਨ ਲਾਗੂ ਹੋਇਆ ਉਹਦੇ ਅਕੋਰਡਿੰਗ ਜਿਹੜਾ 500 ਪਹਿਲਾਂ ਜਿਹੜਾ ਮੈਡੀਕਲ ਪੱਤਾ ਦਿੱਤਾ ਜਾਂਦਾ ਸੀ ਜਿਹੜੇ ਪੈਨਸ਼ਨਸ ਨੇ ਤੇ ਮੁਲਾਜ਼ਮ ਬਟ ਹੁਣ ਇਨਕਰੀਜ਼ ਹੋ ਕੇ ਉਹ 1000 ਹੋ ਗਿਆ ਬਟ ਉਹਦੇ ਵਿੱਚ ਜਿਹੜਾ ਇਨਕਰੀਜ਼ ਕੀਤਾ ਗਿਆ ਉਹ ਹੁਣ ਸਾਨੂੰ ਮਿਲੇਗਾ ਕਦੋਂ ਕਿਹੜੀ ਡੇਟ ਤੋਂ ਮਿਲੇਗਾ ਕਿਉਂਕਿ ਜੇ ਗੱਲ ਕਰੀਏ ਇਹ ਜਿਹੜੇ ਪੱਤੇ ਨੇ ਇਹ ਇੱਕ ਇੱਕ 16 ਤੋਂ ਨਹੀਂ ਮਿਲੂਗਾ ਆਪਾਂ ਨੂੰ ਮਤਲਬ ਜੇ ਆਪਾਂ ਅਪ੍ਰੋਕਸੀਮੇਟਲੀ ਦੇਖੀਏ ਤਾਂ 16 ਤੋਂ ਲੈ ਕੇ 21 ਤੱਕ ਹੁਣ ਆਪਾਂ ਨੂੰ 5.5 ਸਾਲ ਜਿਹੜਾ ਹੋਇਆ ਤਾਂ ਉਹ ਜਿਹੜਾ ਉਹ ਵਿੱਚ ਜਿਹੜਾ ਸਮਾਂ ਆ ਗਿਆ 5.5 ਸਾਲ ਤਾਂ ਉਹਦਾ ਬਕਾਇਆ ਨਹੀਂ ਮਿਲੂਗਾ ਇਹ ਜਿਹੜਾ ਆਪਾਂ ਨੂੰ ਮਿਲੂਗਾ 1721 ਤੋਂ ਮਤਲਬ ਇਨਕਰੀਜ਼ ਹੋਊਗਾ ਜਿਹੜਾ ਮੈਡੀਕਲ ਪੱਤਾ ਹੈ ਸੋ ਉਸ ਤੋਂ ਬਾਅਦ ਹੁਣ ਇਹਦੇ ਵਿੱਚ ਜਿਵੇਂ ਆਪਾਂ ਕਹਿ ਸਕਦੇ ਆ ਵੀ ਉਹ ਪੇ ਕਮਿਸ਼ਨ ਜਿਹੜਾ ਲਾਗੂ ਹੋਇਆ ਉਹਦੇ ਵਿੱਚ ਦੇਰੀ ਹੈ ਜਿਹਦੇ ਕਰਕੇ ਮੁਲਾਜ਼ਮਾਂ ਦੇ ਪੈਨਸ਼ਨਸ ਨੂੰ ਜਿਹੜੀ ਇਹ ਚੀਜ਼ ਭੁਗਤਨੀ ਪੈਂਦੀ ਹੈ ਕਿਉਂਕਿ ਉਹਨਾਂ ਨੂੰ ਬਕਾਇਆ ਨਹੀਂ ਮਿਲੂਗਾ ਉਹਦੇ ਵਿੱਚ ਉਹਨਾਂ ਨੂੰ ਇੱਕ 721 ਤੋਂ ਹੀ ਜਿਹੜਾ ਮੈਡੀਕਲ ਪੱਤਾ ਦਿੱਤਾ ਜਾਊਗਾ ਉਸੇ ਤਰ੍ਹਾਂ ਜਿਹੜਾ ਮੋਬਾਈਲ ਪੱਤਾ ਹੈ ਉਹ ਵੀ ਦੁੱਗਣਾ ਕੀਤਾ ਗਿਆ ਹੈ ਬਟ ਉਹ ਵੀ ਜੇ ਆਪਾਂ ਕਹੀਏ ਵੀ ਆਪਾਂ ਨੂੰ 1 16 ਇੱਕ ਇੱਕ 16 ਤੋਂ ਮਿਲੂਗਾ ਨਹੀਂ ਜੀ ਉਹ ਵੀ ਆਪਾਂ ਨੂੰ ਸਾਢੇ 5 ਸਾਲਾਂ ਦਾ ਉਹਦਾ ਬਕਾਇਆ ਨਹੀਂ ਮਿਲੂਗਾ ਉਹ ਵੀ ਆਪਾਂ ਨੂੰ 1 7 21 ਤੋਂ ਹੀ ਮਿਲੂਗਾ ਮਤਲਬ ਜਿਹੜੀ ਮੈਂ ਤੁਹਾਨੂੰ ਡੇਟ ਪਹਿਲਾਂ ਦਿੱਤੀ ਸੀਗੀ ਮੈਡੀਕਲ 1 7 21 ਤੋਂ ਹੀ ਜਿਹੜਾ ਆਪਾਂ ਨੂੰ ਮੋਬਾਈਲ ਪਤਾ ਮਿਲੂਗਾ ਤੇ ਮੈਡੀਕਲ ਪਤਾ ਵੀ ਫਿਰ ਉਸ ਤੋਂ ਬਾਅਦ ਜਿਹਨੇ ਆਪਣੇ ਹਾਊਸ ਰੈਂਟ ਅਲਾਉਂਸਸ ਹੁੰਦੇ ਐ ਐਚ ਆਰ ਇਹਦਾ ਰੇਟ ਵੀ ਜਿਹੜਾ ਆਪਾਂ ਨੂੰ ਮਿਲੂਗਾ ਉਹ ਵੀ ਆਪਾਂ ਨੂੰ 1 7 21 ਤੋਂ ਮਿਲੂਗਾ ਮਤਲਬ ਤਿੰਨੇ ਜਿਹੜੇ ਪੱਤੇ ਹੋਗੇ ਇਹਨਾਂ ਦਾ ਆਪਾਂ ਨੂੰ ਪਿਛਲਾ 5.5 ਸਾਲਾਂ ਦਾ ਬਕਾਇਆ ਨਹੀਂ ਮਿਲੂਗਾ। ਉਸ ਤੋਂ ਬਾਅਦ ਜਿਹੜਾ ਪਿੰਡੂ ਪੱਤੇ ਐ ਜਿਹੜੇ ਪਿੰਡਾਂ ਦੇ ਵਿੱਚ ਮੁਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਦੀ ਜਿਹੜੀ 5% ਜਿਹੜਾ ਉਹਨਾਂ ਨੂੰ ਬੇਸਿਕ ਤੇ ਮਿਲਦਾ ਐ ਪਿੰਡੂ ਖੇਤਰ ਦੇ ਵਿੱਚ ਕੰਮ ਕਰਦਿਆਂ ਨੂੰ ਉਹ ਉਹਨਾਂ ਨੂੰ 30 6 21 ਤੋਂ ਜਿਹੜਾ ਮਿਲਣਯੋਗ ਹੋਵੇਗਾ। ਸੋ ਇਹ ਸਾਨੂੰ ਸਾਰਿਆਂ ਨੂੰ ਇੱਥੇ ਕਲੀਅਰ ਬਣਦਾ ਹੀ ਐ ਕਿਉਂਕਿ ਇਹ ਜਿਹੜਾ ਨੋਟੀਫਿਕੇਸ਼ਨ ਦੇ ਅਕੋਰਡਿੰਗ ਹੀ ਮੈਂ ਤੁਹਾਨੂੰ ਦੱਸ ਰਹੀ ਆ। ਉਸ ਤੋਂ ਬਾਅਦ ਵਧੀ ਹੋਈ ਜਿਹੜੀ ਬੇਸਿਕ ਐ ਜਿਹੜਾ ਵਧੀ ਹੋਈ ਬੇਸਿਕ ਦਾ ਏਰੀਅਰ ਆ ਉਹ ਤੁਹਾਨੂੰ 16 ਤੋਂ ਹੀ ਮਿਲੇਗਾ ਮਤਲਬ ਉਹ ਸਿਰਫ ਇੱਕ 16 ਤੋਂ ਹੀ ਮਿਲੂਗਾ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਹੋਰ ਡੀਏ ਇਨਕਰੀਜ਼ ਹੋਇਆ ਜਿਹੜਾ ਹੁਣ 28% ਹੋ ਗਿਆ ਪਹਿਲਾਂ 17 ਸੀਗਾ ਤੇ ਇੱਕ ਇੱਕ 19 ਤੋਂ 17 ਤੋਂ ਹੁਣ ਸਿੱਧਾ ਜਿਹੜਾ ਇਹਦੇ ਵਿੱਚ ਪਲੱਸ ਹੋ ਕੇ 28% ਜਿਹੜਾ ਆਪਾਂ ਨੂੰ ਡੀਏ ਦਿੱਤਾ ਜਾਊਗਾ ਪੈਨਸ਼ਨਸ ਨੂੰ ਤੇ ਉਸ ਤੋਂ ਬਾਅਦ ਜਿਵੇਂ ਪੈਨਸ਼ਨਸ ਨੂੰ ਮੈਡੀਕਲ ਪੱਤਾ ਹੀ ਮਿਲਣ ਯੋਗ ਹੁੰਦਾ ਹੈ ਤੇ ਪੈਨਸ਼ਨਸ ਦੇ ਲਈ ਜਿਹੜੀ ਇਹ ਆਪਾਂ ਗੱਲ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰਦੀ ਹੈ ਵੀ ਇਹਨਾਂ ਨੂੰ ਵੀ 5.5 ਸਾਲਾਂ ਦਾ ਬਕਾਇਆ ਨਹੀਂ ਮਿਲੂਗਾ ਇਹ ਆਪਾਂ ਨੂੰ ਇੱਕ ਇੱਕ 16 ਤੋਂ ਹੀ ਦਿੱਤਾ ਜਾਊਗਾ ਆ ਸੌਰੀ ਇੱਕ ਇੱਕ 16 ਤੋਂ ਨਹੀਂ ਦਿੱਤਾ ਜਾਊਗਾ 1/7/21 ਤੋਂ ਜਿਹੜਾ ਆਪਾਂ ਨੂੰ ਮੈਡੀਕਲ ਪੱਤੇ ਨੇ ਉਹ ਮਿਲਣਯੋਗ ਹੋਣਗੇ ਸੋ ਮੁਲਾਜ਼ਮਾਂ ਦੇ ਪੈਨਸ਼ਨਸ ਦੇ ਲਈ ਕੁਝ ਚੀਜ਼ਾਂ ਹੈ ਜਿਹੜੀਆਂ ਉਹਨਾਂ ਨੂੰ ਬਕਾਇਦੇ ਰੂਪ ਦੇ ਵਿੱਚ ਜਿਵੇਂ ਮੈਡੀਕਲ ਪੱਤੇ ਨੇ ਕਿਉਂਕਿ ਆਪਣੀ ਵੀਡੀਓ ਇਸ ਤੇ ਬਣਾਈ ਹੋਈ ਹੈ ਮੈਡੀਕਲ ਪੱਤੇ ਆ ਚਾਹੇ ਮੋਬਾਈਲ ਪੱਤਾ ਚਾਹੇ ਆਪਣਾ ਹਾਊਸ ਰੈਂਟ ਹੈ ਇਹ ਸਾਰੇ ਆਪਾਂ ਨੂੰ ਇੱਕ ਸੱਤ ਇੱਕ ਤੋਂ ਹੀ ਮਿਲਣਯੋਗ ਹੋਣਗੇ ਉਸ ਤੋਂ ਪਿਛਲਾ ਬਕਾਇਆ ਆਪਾਂ ਨੂੰ ਨਹੀਂ ਮਿਲੂਗਾ ਸੋ ਇਸੇ ਤਰ੍ਹਾਂ ਆਪਾਂ ਸਾਰੀਆਂ ਜਿਹੜੀਆਂ ਨਿਊਜ਼ ਡਿਸਕਸ ਕਰਦੇ ਰਵਾਂਗੇ ਸੋ ਇੱਕ ਮੈਂ ਐਡੀਸ਼ਨਲ ਦੇ ਵਿੱਚ ਤੁਹਾਨੂੰ ਗੱਲ ਦੱਸਣਾ ਚਾਹਣੀ ਹੈ ਅੱਜ ਮੋਰਿੰਡਾ ਦੇ ਵਿੱਚ ਫੇਰ ਬਹੁਤ ਵੱਡੀ ਰੈਲੀ ਹੈ ਜਿਨ੍ਹਾਂ ਦੇ ਵਿੱਚ ਮੁਲਾਜ਼ਮਾਨੀਆਂ ਕਈ ਮੰਗਾਂ ਜਿਹੜੀਆਂ ਪ ਮੇਉ ਸੈਟੀਸਫਾਈਡ ਨਹੀਂ ਹੈਗੀ ਤਾਂ ਉਥੋਂ ਦੀ ਜਿਹੜੀ ਵੀਡੀਓ ਉੱਥੇ ਕੀ ਹਾਲਾਤ ਨੇ ਜਾਂ ਉੱਥੇ ਕੀ ਹੋਊਗਾ ਉਹ ਸ਼ਾਮ ਦੀ ਵੀਡੀਓ ਚ ਮੈਂ ਤੁਹਾਡੇ ਨਾਲ ਡਿਸਕਸ ਕਰਾਂਗੀ ਅਪਲੋਡ ਕਰੂੰਗੀ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਰੈੱਡ ਬਟਨ ਨੂੰ ਕਲਿੱਕ ਕਰ ਦਿਓ ਤਾਂ ਜੋ ਤੁਸੀਂ ਉਹ ਵੀ ਵੀਡੀਓ ਦੇਖ ਸਕੋ ਤੇ ਨਾਲ ਹੀ ਸਾਰਿਆਂ ਨੂੰ ਰਿਕਵੈਸਟ ਕਰਦੀ ਆਂ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਜੋ ਇੱਕ ਮੋਟੀਵੇਸ਼ਨ ਮਿਲੇ ਅਸੀਂ ਤੁਹਾਡੇ ਤੱਕ ਜਿਹੜੀਆਂ ਖਬਰਾਂ ਲੈ ਕੇ ਆਉਂਦੇ ਰਹੀਏ ਸੋ ਰੈੱਡ ਬਟਨ ਦੇ ਨਾਲ ਇੱਕ ਬੈਲ ਆਈਕਨ ਆ ਉਹਨੂੰ ਵੀ ਕਲਿੱਕ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਧੰਨਵਾਦ ਜੀ